सत्कार जो आज इस शुभ अवसर से जो सर्टिफिकेट डिस्ट्रीब्यूशन सर्टिफिकेट वंडन का जो प्रोग्राम है आज आप उस प्रोग्राम के गवाह बने हैं। सब तो वड्डी अज साडे लई माण वाली गल ये है कि जिसका भी जिन्हें साडे बजुर्गों ने होया वो अज साडे दरमियान हैं साडे विच हैं। गल करते हाँ वैसे तो एक पंजाबी शायर कहता है मैं अज की इस महफिल दे विच बोला के ना मैं ना बोला मैं अज की इस महफिल विच बोला जा ना बोला इतने हर शख्सियत नामी है मैं कीदा कीदा ना बोला। गल अज असी अपने बजुर्गों की करते हाँ के वी अंकल जी केवल कृष्ण जी की जो वेल सैटल्ड हैं अमेरिका के पर एक दिल के दर्द रखते हैं अपनी कौम लई अपने पिंड लई जे अज मैं वधिया घर दे विच बैठा हाँ वधिया खाना पहनता हाँ खाता हाँ पीता हाँ पर फिर भी कल असीं गल करदे सी अंकल जी कहते कि जे 7 to 8 हज़ार डॉलर पर मंथ का मैं ये सेवा दे विच पाउंदा बहुत वड्डी गल है। ओह किहदे लई पाउंदे हन ਤਾਂ ਜੋ ਸਾਡਾ ਪੰਜਾਬ ਜਿਹੜਾ ਆ ਇਹ ਦੁਬਾਰਾ ਫਿਰ ਸੋਨੇ ਦੀ ਚਿੜੀਆ ਬਣ ਸਕੇ। ਇਸ ਪੰਜਾਬ ਨੂੰ ਜੇ ਕਿਸੇ ਨੇ ਲੁੱਟਿਆ ਹੈ ਉਹ ਸਾਡੇ ਹੀ ਲੋਕ ਸਨ ਜਿਨ੍ਹਾਂ ਨੇ ਇਸ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਪਰ ਸਾਨੂੰ ਮਾਣ ਹੈ ਇਸ ਵਲੀਨਾ ਦੇ NRI ਵੀਰਾਂ ਦੇ ਜਿਨ੍ਹਾਂ ਨੇ ਦੁਬਾਰਾ ਉਸ ਪੰਜਾਬ ਦਾ ਸੁਪਨਾ ਲਿਆ ਕਿ ਅਸੀਂ ਉਹ ਪੰਜਾਬ ਬਣਾਵਾਂਗੇ ਜਿੱਥੇ ਹਰ ਬੰਦਾ ਬਰਾਬਰ ਹੋਵੇ ਹਰ ਬੰਦਾ ਹਰ ਇੱਕ ਚੀਜ਼ ਦਾ ਅਧਿਕਾਰ ਰੱਖਦਾ ਹੋਵੇ। ਅੰਕਲ ਹੁਣਾਂ ਨੇ ਜਦੋਂ ਇਹ ਸੁਪਨਾ ਲਿਆ ਕਿ ਮੇਰੇ ਪਿੰਡ ਦੇ ਵਿੱਚ ਵੀ ਸੈਂਟਰ ਹੋਣਾ ਚਾਹੀਦਾ ਤੇ ਸਾਨੂੰ ਬਹੁਤ ਵੱਡੀ ਖੁਸ਼ੀ ਮਿਲੀ ਤੇ ਇੱਕ ਹਲੂਣਾ ਮਿਲਿਆ ਕਿ ਜੇਕਰ ਸਾਡੇ ਬਜ਼ੁਰਗ ਸਾਡੇ ਨਾਲ ਹਨ ਜਿਨ੍ਹਾਂ ਦਾ ਹੱਥ ਸਾਡੇ ਸਿਰ ਤੇ ਹੋਵੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਸੋ ਸਾਨੂੰ ਇਹਨਾਂ ਨੇ ਇੱਕ ਮੋਹਰਾ ਬਣਾਇਆ ਪਰ ਜੋ ਫਾਈਨੈਂਸ਼ੀਅਲ ਤੌਰ ਤੇ ਅੱਜ ਅਸੀਂ ਦੇਖਦੇ ਹਾਂ ਉਹ ਚਾਹੇ 5 kW ਸੋਲਰ ਦੀ ਗੱਲ ਹੋਵੇ ਚਾਹੇ ਕੰਪਿਊਟਰ ਸੈਂਟਰ ਦੀ ਗੱਲ ਹੋਵੇ ਚਾਹੇ ਸਿਲਾਈ ਕਢਾਈ ਕੋਰਸ ਜਿੱਥੇ ਚੱਲਦਾ ਉਸ ਸੈਂਟਰ ਦੀ ਗੱਲ ਹੋਵੇ ਇਹਨਾਂ ਨੇ ਵੱਧ ਚੜ ਕੇ ਮਦਦ ਕੀਤੀ ਹੈ। ਇਹ ਨਹੀਂ ਕਿ ਉਹਨਾਂ ਨੇ ਆਪ ਕਰਕੇ ਬਸ ਕੀਤੀ ਉਹਨਾਂ ਨੇ ਸਾਡੇ ਇਸ ਮੈਸੇਜ ਨੂੰ ਹੋਰ ਸਪਰੈਡ ਕੀਤਾ ਹੋਰ ਫੈਲਾਇਆ ਜਿਹਦੀ ਉਦਾਹਰਣ ਅੱਜ ਉਹ ਨਾਲ ਉਹਨਾਂ ਦੇ ਸਹਿਯੋਗੀ ਆਏ ਹਨ। ਅਸੀਂ ਇਹਦੇ ਲਈ ਤੁਹਾਡਾ ਪਿੰਡ ਦੀ ਪੰਚਾਇਤ ਵੱਲੋਂ ਵੀ ਧੰਨਵਾਦ ਕਰਦੇ ਹਾਂ। ਇਹ ਜੋ ਵੀ ਅਸੀਂ ਦੇਖਦੇ ਹਾਂ ਤੁਹਾਡੀ ਬਦੌਲਤ ਹੈ ਅੰਕਲ ਜੀ ਜੇ ਅੱਜ ਸਾਨੂੰ ਜੁਮਰ ਸਾਹਿਬ ਨੇ ਏਡੀ ਵੱਡੀ ਪੇਸ਼ਕਸ਼ ਕੀਤੀ ਹੈ ਤੇ ਇਹ ਸਿਰਫ ਤੇ ਸਿਰਫ ਤੁਹਾਡੇ ਕਰਕੇ ਹੀ ਪੋਸੀਬਲ ਹੋ ਸਕੀ ਹੈ। ਇਵੇਂ ਪਿੰਡ ਦੇ ਹੋਰ ਪਤਵੰਤੇ ਸੱਜਣਾ ਦਾ ਮੈਂ 2 ਮਿੰਟ ਲਈ ਉਹਨਾਂ ਲਈ ਗੱਲ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਨੇ ਪਿੰਡ ਅੱਜ ਜਿਹੜਾ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਮੈਂ ਇਹ ਠੋਕ ਕੇ ਕਹਿੰਦਾ ਹੁੰਦਾ ਕਿ ਅਸੀਂ ਸਰਕਾਰੀ ਪੈਸਾ ਘੱਟ ਲਾਇਆ ਤੇ ਵਿਦੇਸ਼ਾਂ ਤੋਂ ਜਿਹੜਾ ਪੈਸਾ ਆਇਆ ਉਹ ਜ਼ਰੂਰ ਲਾਇਆ ਤੇ ਅੱਜ ਸਾਡਾ ਪਿੰਡ ਵੀ ਜੇ ਮਾਡਲ ਪਿੰਡ ਬਣਿਆ ਹੈ ਉਹ ਸਿਰਫ ਇਹਨਾਂ ਲੋਕਾਂ ਦੀ ਬਦੌਲਤ। ਮੈਂ ਗੱਲ ਸ਼ੁਰੂ ਕਰਨ ਲੱਗਾ ਜੀ ਅੰਕਲ ਹੁਣਾਂ ਨੇ ਗੱਲ ਕੀਤੀ ਕਿ ਜਰਨੈਲ ਸਿੰਘ ਹੁਣੇ ਜੇ ਕਿਸੇ ਦਾ ਗੋਟ ਪਾ ਲੈਂਦੇ ਸੀ ਗੋਟ ਛੱਡਦੇ ਨਹੀਂ ਹੁੰਦੇ ਸੀ ਇਵੇਂ ਇਹਨਾਂ ਨੇ ਸਾਡਾ ਵੀ ਗੋਟ ਫੜਿਆ ਹੋਇਆ ਹੈ ਜੀ ਜਿਹੜਾ ਹੁਣ ਤੱਕ ਅਸੀਂ ਇੱਕ ਕੰਮ ਸ਼ੁਰੂ ਕੀਤਾ ਕਿ ਪਿੰਡ ਦੇ ਛੱਪੜ ਨੂੰ ਅਸੀਂ ਪਿੰਡ ਤੋਂ ਬਾਹਰ ਲੈ ਜਾਈਏ ਪਰ ਉਹਦੇ ਵਿੱਚ ਕੀ ਸੀ ਕੋਰੋਨਾ ਕਾਲ ਆ ਗਿਆ ਕੋਰੋਨਾ ਕਾਲ ਆਉਣ ਦੇ ਕਾਰਨ ਸਾਰੇ ਜੋ ਪ੍ਰੋਜੈਕਟ ਸੀਗੇ ਉਹ ਬੰਦ ਹੋ ਗਏ ਸੀ। ਮੈਂ ਅੰਕਲ ਜੀ ਉਹਨਾਂ ਨੂੰ ਫੋਨ ਕੀਤਾ ਸੀ ਨਹੀਂ ਮਿਲੇ ਸੀ ਇੱਕ ਦੂਸਰੇ ਨੂੰ ਮੈਂ ਅੰਕਲ ਜੀ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਅੰਕਲ ਜੀ
कि असी काम शुरू कर बैठे हैं पर सरकार ने जो है वो काम बंद कर देते हैं ते सानू तुहाडी मदद दी लोड़ है ते ये कहिंदे बेटा दसो की असी कर सकदे तुहाडे लई। मैं कहा आखां जी वैसे कोरोना काल हैगा कि असी ये चाहते कि तुसी 20 जां 50 हज़ार रुपया पा लो बहुत बहुत धन्यवाद।
ते ग्राम पंचायत वलीना वालों देखो जो तुसी साडे लई कीता असी उहदा देण नहीं दे सकते असी उह भुल नहीं सकते पर असी चाहुंदे हां कि इह प्यार साडा इवें बणिया रहे साडियां नज़दीकियां इवें बणिया रहन ते असी इक इक करके शहीदां नूं बुलावांगे ते असी अपने वालों एक सन्मान भेट करना चाहते हैं थानू ता जो साड़िया जड़िया यादा साडा एक दूसरे के नाल प्यार है वो गूढ़ा होता रहे। धन्यवाद जी। वाहेगुरु जी का खालसा वाहेगुरु जी की फतेह। जय गुरुदेव।